ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਜਾਬ ਦੀ ਧੀ ਗੁਰਮਿਹਰ ਕੌਰ ਦੇ ਮਾਮਲੇ 'ਚ ਆਪਣਾ ਪੱਖ ਰੱਖਿਆ ਗਿਆ। ਸਿੰਘ ਸਾਹਿਬ ਨੇ ਕਿਹਾ ਕਿ ਜੋ ਵੀ ਜ਼ਿੰਮੇਵਾਰ ਲੋਕ ਗੁਰਮਿਹਰ ਕੌਰ ਦੇ ਬਾਰੇ ਬਿਆਨਬਾਜ਼ੀ ਕਰ ਰਹੇ ਨੇ ਉਹ ਉਹਨਾਂ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਹਨਾਂ ਕਹਿੰਦੇ ਕਿ ਪੂਰੀ ਕੌਮ ਗੁਰਮਿਹਰ ਕੌਰ ਦੇ ਨਾਲ ਹੈ ਤੇ ਧੀਆਂ ਵਿਰੁੱਧ ਅਜਿਹੀ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਪੰਜਾਬ ਦੀ ਧੀ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਗਲਤੀ ਕੀਤੀ ਤਾਂ ਉਹ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੇ। ਗੁਰਮਿਹਰ ਕੌਰ ਜੋ ਇੱਕ ਸ਼ਹੀਦ ਦੀ ਪੁੱਤਰੀ ਹੈ ਜਿਸ ਦੇ ਬਾਰੇ ਜ਼ਿੰਮੇਵਾਰੇ ਵਿਅਕਤੀਆਂ ਵੱਲੋਂ ਇਸ ਤਰ੍ਹਾਂ ਦੇ ਘਿਨਾਉਣੇ ਬਿਆਨ ਦੇਣੇ ਇੱਕ ਬਹੁਤ ਹੀ ਮਾੜੀ ਅਤੇ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ। ਸਮੁੱਚੇ ਸਿੱਖ ਕੌਮ ਗੁਰਮਿਹਰ ਕੌਰ ਬੱਚੀ ਦੇ ਨਾਲ ਹੈ ਔਰ ਸਿੱਖ ਕੌਮ ਅਤੇ ਸਾਰੀਆਂ ਬੱਚੀਆਂ ਨੂੰ ਆਪਣੀਆਂ ਬੱਚੀਆਂ ਦੇ ਸਮਾਨ ਸਮਝਦੇ ਨੇ ਔਰ ਸਾਨੂੰ ਆਦੇਸ਼ ਵੀ ਔਰ ਸਾਨੂੰ ਇਹ ਸੰਦੇਸ਼ ਵੀ ਮਿਲਦਾ ਹੈ ਕਿ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਦੇ ਸ਼ਬਦ ਸਾਨੂੰ ਪ੍ਰਾਪਤ ਨੇ। ਪਰ ਬੇਟੀਆਂ ਦੇ ਬਾਰੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤਣੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਇਹ ਬਹੁਤ ਹੀ ਘਿਨਾਉਣੀ ਕਰਤੂਤ ਹੈ। ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਹ ਗੁਰਮਿਹਰ ਕੌਰ ਬੇਟੀ ਉਹਨਾਂ ਦੀਆਂ ਬੇਟੀਆਂ ਦੇ ਸਮਾਨ ਹੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਔਰ ਜੋ ਉਸਨੇ ਬਿਆਨ ਦਿੱਤਾ ਕੋਈ ਗਲਤ ਬਿਆਨ ਨਹੀਂ ਕੀਤਾ ਹੈ। ਸਾਰੀ ਸਮੁੱਚੀ ਸਿੱਖ ਕੌਮ ਉਸ ਦੇ ਨਾਲ ਹੈ। ਐਸਿਆਂ ਨੂੰ ਅਸੀਂ ਤਾੜਨਾ ਕਰਨੀ ਚਾਹੁੰਦੇ ਹਾਂ ਕਿ ਅਗਰ ਇਸ ਤਰ੍ਹਾਂ ਦੀ ਕੋਈ ਵੀ ਉਸ ਦੀ ਹਵਾ ਵੱਲੇ ਵੀ ਕਿਸੇ ਨੇ ਤੱਕਿਆ ਇਹਦੇ ਨਤੀਜੇ ਬਹੁਤ ਹੀ ਭਿਆਨਕ ਹੋਣਗੇ ਜਿਹੜੇ ਉਹਨਾਂ ਨੂੰ ਭੁਗਤਣੇ ਪੈਣਗੇ।